सत श्री अकाल दोस्तों, नवदीप टर्बिनेटर तरन तारण यूट्यूब चैनल देखते सारे वीर का स्वागत करते हाँ। अज की वीडियो में तुम दसन जा रहे हाँ कि आप जो सिंपल पांच पेजों वाली दस्तार सजाने हाँ, उस विच जो तीजा तो चौथा पेज जो कई वीर तो खराब लगता है, जिस तरह उस विच मोटाई आ जाती है जां टोआ पै जाता है जां सही तरह पिंच नहीं हुंदा। हुण तुसीं देख सकदे हो कि कैवें तीजे पेज नूं पिंच किया जा रहा है। पहला उत्तों पूरी तरह साफ कर लेना है पेज नूं, पेज विच कोई वट नहीं हो रहना, तो जदों पूरी तिखी नुकर बना के इस तरह पिछां तक इस नूं मोड़ के तो इसकी पिछों तक सफाई करनी है, तो जिहड़ा उतला बन्ना रह जाणा उतले बन्ने नूं वी आपां विच हाथ मार के तो चंगी तरह मोटाई दवा के इस पेज नूं पूरा साफ करके लगाउणा है। ਇਹ ਪੇਜ ਵਿੱਚ ਕੋਈ ਵਾਟ ਨਾ ਰਹਿ ਸਕੇ, ਇਸ ਨਾਲ ਇਹ ਬਹੁਤ ਵਧੀਆ ਪੇਜ ਲੱਗੇਗਾ। ਪੇਜ ਲਗਾਉਣ ਤੋਂ ਬਾਅਦ ਇਸ ਦੀ ਆਪਾਂ ਨਾਲੋਂ ਨਾਲ ਸੈਟਿੰਗ ਕਰਾਂਗੇ, ਕਿਉਂਕਿ ਪੱਗ ਦੀ ਨਾਲੋਂ ਨਾਲ ਸੈਟਿੰਗ ਕਰਨ ਨਾਲ ਨਾਲ ਸਫਾਈ ਵੀ ਹੁੰਦੀ ਹੈ ਅਤੇ ਨਾਲ ਪੱਗ ਦੀ ਸ਼ੇਪ ਬਹੁਤ ਵਧੀਆ ਆਉਂਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤੀਸਰੇ ਪੇਜ ਨੂੰ ਸਿਲਾਈ ਮਾਰ ਕੇ ਇਸ ਦੀ ਇੱਕ ਵਧੀਆ ਸ਼ੇਪ ਦਿੱਤੀ ਜਾ ਰਹੀ ਹੈ। ਇਸ ਨੂੰ ਆਪਾਂ ਬਾਅਦ ਵਿੱਚ ਅੰਗੂਠੇ ਅਤੇ ਉਂਗਲੀ ਦੀ ਮਦਦ ਨਾਲ 3D ਕਰਕੇ ਦਿਖਾਵਾਂਗੇ, ਜਿਸ ਨਾਲ ਇਹ ਪੇਜ ਹੋਰ ਜ਼ਿਆਦਾ ਵਧੀਆ ਲੱਗੇਗਾ। ਜਿਸ ਤਰ੍ਹਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਦੂਸਰੇ ਪੇਜ ਅਤੇ ਪਹਿਲੇ ਪੇਜ ਵਿੱਚ ਵੀ ਪਿਛਲੇ ਬੰਨੇ ਵੱਟ ਪੈ ਜਾਂਦੇ ਹਨ। ਉਹਨਾਂ ਵੱਟਾਂ ਨੂੰ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਆਪਾਂ ਸਿਲਾਈ ਦੀ ਮਦਦ ਨਾਲ ਸਫਾਈ ਲਿਆ ਸਕਦੇ ਹਾਂ ਅਤੇ ਵੱਟਾਂ ਨੂੰ ਕੱਢ ਸਕਦੇ ਹਾਂ, ਅੱਗੋਂ ਤੋਂ ਲੈ ਕੇ ਪਿੱਛੋਂ ਤੱਕ ਚੰਗੀ ਤਰ੍ਹਾਂ ਪੇਜ ਨੂੰ ਸਾਫ਼ ਕਰੀਏ ਤਾਂ ਪੱਗ ਦੀ ਸ਼ੇਪ ਬਹੁਤ ਵਧੀਆ ਲੱਗਦੀ ਹੈ ਅਤੇ ਦੂਰੋਂ ਵੀ ਪੱਗ ਦੇਖਣ ਨੂੰ ਪੂਰੀ ਸਾਫ਼ ਲੱਗਦੀ ਹੈ। ਹੁਣ ਆਪਣਾ ਤੀਸਰਾ ਪੇਜ ਪੂਰੀ ਤਰ੍ਹਾਂ ਲੱਗ ਚੁੱਕਿਆ ਹੈ, ਹੁਣ ਆਪਾਂ ਚੌਥਾ ਪੇਜ ਲੜ ਨੂੰ ਲਗਾਉਣਾ ਹੈ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਪੂਣੀ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਅਤੇ ਉਸ ਦਾ ਜੋ ਥੜਲੀਆਂ ਅਤੇ ਉਤਲੀ ਕੰਨੀ ਹੈ ਉਸਨੂੰ ਫੜ ਕੇ ਇਸ ਨੂੰ ਚੰਗੀ ਤਰ੍ਹਾਂ ਖਿੱਚ ਕੇ ਅਤੇ ਇਸ ਦੀ ਪਿੱਛੋਂ ਹੱਥ ਨਾਲ ਸਫਾਈ ਕਰਕੇ ਇਸ ਪੇਜ ਨੂੰ ਲਗਾਉਣਾ ਹੈ ਅਤੇ ਹੱਥ ਨਾਲ ਹੀ ਦੇਖ ਲੈਣਾ ਹੈ ਕਿ ਇਸ ਵਿੱਚ ਕੋਈ ਡੋਂਗੋ ਪੈਂਦਾ ਹੈ ਅਤੇ ਆਪਾਂ ਹੱਥ ਨਾਲ ਹੀ ਪੂਣੀ ਨੂੰ ਸੈੱਟ ਕਰ ਲੈਣਾ ਹੈ, ਕਿਉਂਕਿ ਆਪਾਂ ਡੋਂਗ ਨਾ ਪਾਈਏ। ਜੇ ਆਪਣੀ ਪੱਗ ਵਿੱਚ ਡੋਂਗ ਪੈਂਦਾ ਹੈ ਤਾਂ ਉਸ ਥਾਂ 'ਤੇ ਆਪਾਂ ਕੱਪੜਾ ਦੇ ਕੇ ਵੀ ਡੋਂਗ ਨੂੰ ਸੈੱਟ ਕਰ ਸਕਦੇ ਹਾਂ, ਪਰ ਆਪਾਂ ਨੂੰ ਕੱਪੜਾ ਦੇਣ ਦੀ ਜ਼ਰੂਰਤ ਹੀ ਨਹੀਂ ਕਿਉਂਕਿ ਆਪਾਂ ਪਹਿਲਾਂ ਹੀ ਡੋਂਗ ਸੈੱਟ ਕਰ ਸਕਦੇ ਹਾਂ। ਹੁਣ ਤੁਸੀਂ ਦੇਖਣਾ ਕਿ ਪਿੰਚ ਕਿਵੇਂ ਕੀਤਾ ਹੈ, ਅੰਗੂਠੇ ਅਤੇ ਉਂਗਲੀ ਦੀ ਮਦਦ ਨਾਲ ਆਪਾਂ ਪਿੰਚ ਕੀਤਾ ਹੈ ਅਤੇ ਉਨਾ ਹੀ ਪਿੰਚ ਕਰਨਾ ਹੈ ਜਿੰਨੀ ਆਪਾਂ ਨੂੰ ਜ਼ਰੂਰਤ ਹੈ, ਜ਼ਿਆਦਾ ਮੋਟਾਈ ਦੀ ਵੀ ਜ਼ਰੂਰਤ ਨਹੀਂ। ਅਤੇ ਹੁਣ ਆਪਾਂ ਨੂੰ ਜਿੱਥੇ ਲੋੜ ਪੈਂਦੀ ਹੈ ਉੱਥੇ ਪਿੰਚ ਕਰਕੇ ਇਸ ਦੀ ਨੁਕਰ ਬਣਾਉਣੀ ਹੈ ਅਤੇ ਉੱਤੋਂ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਅਤੇ ਉੱਤੋਂ ਚੰਗੀ ਤਰ੍ਹਾਂ ਹੱਥ ਮਾਰ ਕੇ ਇਸ ਦੀ ਗੁਲਾਈ ਵੀ ਬਣਾ ਸਕਦੇ ਹਾਂ। ਹੁਣ ਆਪਾਂ ਪਤਲੇ ਜਿਹੇ ਪੇਜ ਨੂੰ ਲਗਾ ਦਿੱਤਾ ਹੈ ਅਤੇ ਇਸ ਨੂੰ ਬਾਅਦ ਵਿੱਚ ਆਪਾਂ ਸਿਲਾਈ ਨਾਲ ਇੱਕ ਵਧੀਆ ਸ਼ੇਪ ਦੇਵਾਂਗੇ ਇਸ ਪੇਜ ਦੀ। ਹੁਣ ਜਿਵੇਂ ਆਪਣਾ ਚੌਥਾ ਪੇਜ ਲੱਗ ਚੁੱਕਿਆ ਹੈ ਅਤੇ ਹੁਣ ਆਪਾਂ ਮੂੰਹ ਵਿੱਚ ਪਾਈ ਲੜ ਨੂੰ ਪਿੱਛੇ ਲਗਾ ਦੇਣਾ ਹੈ ਅਤੇ ਇਸ ਦੀ ਸਿਲਾਈ ਨਾਲ ਵਧੀਆ ਸੈਟਿੰਗ ਕਰਨੀ ਹੈ ਅਤੇ ਅੱਗੋਂ ਪੇਚਾਂ ਨੂੰ ਇੱਕੋ ਥਾਂ 'ਤੇ ਰੱਖਣਾ ਹੈ, ਜਿਸ ਨਾਲ ਕੀ ਹੁੰਦਾ ਹੈ ਕਿ ਪੱਗ ਦੀ ਸ਼ੇਪ ਬਹੁਤ ਵਧੀਆ ਅੱਗੋਂ ਦਿਖਾਈ ਦਿੰਦੀ ਹੈ ਅਤੇ ਮੋਰਨੀ ਜਦੋਂ ਆਪਣੀ ਇਕੱਠੀ ਪੇਜਾਂ 'ਤੇ ਲੱਗੇਗੀ ਤਾਂ ਬਹੁਤ ਵੀ ਲੱਗੇਗੀ। ਅੱਗੋਂ ਪੇਜਾਂ ਨੂੰ ਇਕੱਠੇ ਰੱਖਣਾ ਹੈ ਅਤੇ ਪਿੱਛੋਂ ਗੁਲਾਈ ਜੀ ਨਾਲ ਉਹਨੂੰ ਤਾਂ ਚੁੱਕਣਾ ਹੈ, ਜਿਵੇਂ ਤੁਸੀਂ ਪੇਚਾਂ ਨੂੰ ਦੇਖ ਸਕਦੇ ਜੀ। ਹੁਣ ਆਪਾਂ ਮਾੜਾ ਮਾੜਾ 3D ਵੀ ਕਰ ਲੈਂਦੇ ਨੇ ਅਤੇ ਹਰ ਪੇਜ ਵਿੱਚ ਇੱਕੋ ਜਿਹੀ ਦੂਰੀ ਹੋਣੀ ਚਾਹੀਦੀ ਹੈ, ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪੇਚਾਂ ਵਿੱਚ ਆਪਾਂ ਬਰਾਬਰ ਕਰ ਲੈਣਾ ਹੈ ਅਤੇ ਆਪਣੀ ਪੂਰੀ ਪੱਗ ਸਿੱਧੀ ਹੋਣੀ ਚਾਹੀਦੀ ਹੈ ਅਤੇ ਤੁਸੀਂ ਇਸ ਤਰ੍ਹਾਂ ਸਿਲਾਈ ਮਾਰ ਕੇ ਆਪਣੀ ਪੱਗ ਦੀ ਸ਼ੇਪ ਵੀ ਦੇ ਸਕਦੇ ਹੋ ਕਿ ਤੁਹਾਡੀ ਪੱਗ ਸਹੀ ਜਾ ਰਹੀ ਹੈ ਜਾਂ ਨਹੀਂ। ਜੇ ਥੋੜ੍ਹੀ ਟੇਢੀ ਮੇਢੀ ਹੈ ਤਾਂ ਉਸਨੂੰ ਇਹ ਸਿਲਾਈ ਮਾਰ ਕੇ ਇਸ ਤਰ੍ਹਾਂ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਆਪਾਂ ਪੂਰਾ ਬਰਾਬਰ ਕਰ ਸਕਦੇ ਹਾਂ ਅਤੇ ਪੇਚਾਂ ਨੂੰ ਪੂਰਾ ਸਾਫ਼ ਰੱਖਣਾ ਹੈ ਅਤੇ ਪੂਰੀ ਦੂਰੀ 'ਤੇ ਰੱਖਣਾ ਹੈ। ਜਿੰਨੀ ਦੂਰੀ ਪਹਿਲੇ ਪੇਜ ਤੋਂ ਦੂਜੇ ਪੇਜ ਵਿੱਚ ਹੈ ਉਨੀ ਦੂਜੇ ਤੋਂ ਤੀਜੇ ਪੇਜ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਇਸ ਤਰ੍ਹਾਂ ਨਾਲ ਪੱਗ ਦੇ ਜੋ ਪੇਜ ਹੈ ਉਹ ਬਹੁਤ ਵਧੀਆ ਲੱਗਦੇ ਹਨ। ਜੇ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰਿਓ ਅਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਪੱਗ ਬੰਨ੍ਹਦੇ ਸਮੇਂ ਪੇਚਾਂ ਸਫਾਈ ਕਰਨ ਦੀ ਤੰਗੀ ਆਉਂਦੀ ਹੈ ਅਤੇ ਉਹ ਇਸ ਵੀਡੀਓ ਦੇਖ ਕੇ ਆਪਣੀ ਪ੍ਰੋਬਲਮ ਸੋਲਵ ਕਰ ਸਕਦੇ ਹਨ। ਅਤੇ ਇਸ ਤਰ੍ਹਾਂ ਦੀਆਂ ਹੋਰ ਟਿਪਸ ਐਂਡ ਟ੍ਰਿਕਸ ਅਤੇ ਪੱਗਾਂ ਦੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਧੰਨਵਾਦ।